कलयुगी पिता ने अपनी ही एक साल की बच्ची नूं उतारिया मौत दे घाट। वारदात नूं अंजाम देण तों बाद पिता बच्ची नूं रोपड़ दे हस्पताल लै गया ते उस तों बाद फरार हो गया। श्री चमकौल साहिब दे पिंड पलियाणा विखे एक पिता ने ही अपनी एक साल की बच्ची नूं मौत दे घाट उतार दिता। वारदात नूं अंजाम देण तों बाद पिता बच्ची नूं रोपड़ दे सरकारी हस्पताल लै गया जिथे डाक्टरां ने उन्हें मृतक ऐलान कर दिता। डाक्टरां वालों पुछण ते बच्ची के पिता ने बच्ची के शरीर से लगे सट्टा बारे कोई जवाब नहीं दिता। बच्ची का पिता सिकंदर सिंह इस वारदात तो बाद फरार हो गया है। परिवारिक मैंबरां ने दसिया कि सिकंदर सिंह के तीन लड़कियां सन ते वह अक्सर ही इसे कारण अपनी बच्चियां नूं मारदा कुटदा रहिंदा है ते अज भी उसने अपनी बच्ची नाल कुट मार करके उसनू बिस्तर ते लटा दिता ते बच्ची की माँ सीमा ने कहा है कि वह सो रही सी पर जदों 2 घंटे बाद सीमा ने देखा कि बच्ची का साह नहीं आ रहा तो उसने रौला पाया तो सिकंदर सिंह ही अपनी बच्ची नूं सरकारी हॉस्पिटल लैके पुज गया जिथे डाक्टर ने उस नूं मृतक ऐलान कर दिता। सानू पता लग्या मैनूं तां दस्सिया नहीं न्याणिया ने ते तैयार होके खड़े ते इह न्याणे मैं इहनां नूं पुछण गई ते कहिंदे वी लड्डू बीमार आ कुड़ी नूं लड्डू कहिंदे ते जी वी जां गड्डी 'च बैठा इह बहू बाथरूम गई आ जां टैलीफोन आ गया जद इह गड्डी 'च बैठा मुंडे ने ताकी ला ली जद देखिया इह बहू ने वी ताकी खोल ली उहदे बाद इहनूं पता लग्या मुंडे ने अपना सिर भन्न लिया उत्थे गड्डी 'च बैठे ने वी लड्डू मारता उहने सिकंदर ने कारण की है की गल प्रौहणे ने कारा किवें करता जी भाजी कई साल तो पहले दारू बहुत पीता था जी कुड़ी ने बड़ी कुड़ी कुड़ी ने कुटमार करता था जी बहुत समझाया जी छोटी कुड़ी होगी पहले साढ़े को रही वो बाद चो कुड़ियाँ होती जी एक ड्रॉप करती जी किसी एक कहते को रही जी कुड़ी ने देख के झल दिता जी बहुत कुटता था जी कुड़ी एक कुड़ी से नफरत वजह करी ने बहुत समझाया जी कई बार ना बच्ची है जी नहीं समझी साड़ी गल जी ਉਹਨੂੰ ਮੌਤ ਦੇ ਘਾਟ ਸੋ ਅਸੀਂ ਹੁਣ ਚਾਹੁੰਦੇ ਹਾਂ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ ਹਾਂਜੀ ਭਾਜੀ ਇਨਸਾਫ ਹੋਣਾ ਚਾਹੀਦਾ ਪੂਰਾ ਹਾਂਜੀ ਸਾਡੇ ਕੋਲ ਇੱਕ ਕੰਮ ਕਰਕੇ ਬੱਚਾ ਇੱਕ ਕੰਮ 1 ਸਾਲ ਦੀ ਲੜਕੀ ਆਈ ਸੀਗੀ ਸਵੇਰੇ 9 ਵਜੇ ਦੇ ਕਰੀਬ ਅਤੇ ਉਹਦਾ ਫਾਦਰ ਲੈ ਕੇ ਆਇਆ ਸੀਗਾ ਬਾਅਦ 'ਚ ਪਤਾ ਲੱਗਾ ਕਿ ਉਹਦਾ ਫਾਦਰ ਹੈ ਅਤੇ ਉਹ ਬਰੋਡ ਡੈਡ ਆਇਆ ਸੀ ਬੱਚਾ ਸਾਡੇ ਕੋਲ ਬੀ ਪੀ ਪਲਸ ਅਨਰਿਵਰਟੇਬਲ ਸੀਗਾ ਹਿਸਟਰੀ ਸਟ੍ਰੇਟ ਲਾਈਨ ਸੀਗੀ ਅਤੇ ਪੁੱਛਣ 'ਤੇ ਪੁੱਛਿਆ ਜਦੋਂ ਅਤੇ ਉਹ ਸਹੀ ਹਿਸਟਰੀ ਨਹੀਂ ਦਿੱਤੀ ਬੰਦੇ ਨੇ ਕਿ ਵੀ ਕਿਵੇਂ ਡੈਥ ਹੋਈ ਹੈ ਕੀ ਹੋਇਆ ਬੱਚੇ ਨੂੰ ਕਹਿੰਦਾ ਸੀ ਕਿ ਮੈਂ ਕਿ ਵੀ ਬੱਚੇ ਨੂੰ ਮੈਂ ਸੈਰ ਕਰਨ ਚਲਾ ਗਿਆ ਬਾਅਦ 'ਚ ਜਦੋਂ ਮੈਂ ਉਹਨੂੰ ਪੁੱਛਿਆ ਕਿਉਂਕਿ ਸੱਟ ਦੇ ਕੁਛ ਨਿਸ਼ਾਨ ਸੀਗੇ ਰਾਈਟ ਸਾਈਡ ਰਾਈਟ ਦੋਨਾਂ ਤਰਫ ਚੀਕਸ ਦੇ ਉੱਪਰ ਅਤੇ ਫਿਰ ਪੁੱਛਿਆ ਕਿ ਮਤਲਬ ਚੋਟ ਲੱਗੀ ਹੈ ਜਾਂ ਕਿਵੇਂ ਕੀ ਹੋਇਆ ਬੱਚੇ ਨੂੰ ਤਾਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਬੱਚਾ ਗਿਰ ਗਿਆ ਸੀਗਾ ਬੈੱਡ ਤੋਂ ਮੈਂ ਕਿਹਾ ਫਿਰ ਤੁਸੀਂ ਦਿਖਾਇਆ ਨਹੀਂ ਬੱਚੇ ਨੂੰ ਜਾਂ ਕਿੰਨੇ ਵਜੇ ਗਿਰਿਆ ਉਹਨੇ ਸਹੀ ਹਿਸਟਰੀ ਕੁਛ ਨਹੀਂ ਦਿੱਤੀ ਅਤੇ ਉਸ ਤੋਂ ਬਾਅਦ ਜਦੋਂ ਪੂਰਾ ਦੇਖਿਆ ਤਾਂ ਉਹਦੇ ਨੈੱਕ 'ਤੇ ਵੀ ਨਿਸ਼ਾਨ ਸੀਗੇ ਬੱਚੇ ਦੇ ਅਤੇ ਜਦੋਂ ਬਾਅਦ 'ਚ ਰਿਲੇਟਿਵ ਆਏ ਤਾਂ ਉਹਨਾਂ ਨੇ ਦੱਸਿਆ ਕਿ ਪਹਿਲੇ ਵੀ ਮਾਰਦਾ ਕੁੱਟਦਾ ਸੀਗੇ ਬੱਚੇ ਨੂੰ ਉਹਨਾਂ ਨੇ ਫੋਟੋਆਂ ਵੀ ਦਿਖਾਈਆਂ ਸੀਗੀਆਂ ਬੱਚੀ ਦੇ ਕਤਲ ਵਾਲਾ ਮਾਮਲਾ ਕੀ ਮਾਮਲਾ ਹੈ ਜੀ ਇਹ ਇੱਕ 14 ਮਹੀਨੇ ਦੀ ਬੱਚੀ ਹੈ ਜਿਹਦੇ ਪੇਰੈਂਟਸ ਸਵੇਰੇ 7 ਵਜੇ ਉਹਦੇ ਨਾਲ ਹੀ ਸੀਗੇ ਜਦੋਂ ਉਹਦੀ ਮਦਰ ਬਾਥਰੂਮ ਗਈ ਅਤੇ ਉਹਦਾ ਜਿਹੜਾ ਫਾਦਰ ਹੈ ਉਹ ਉਹਦੇ ਗੋਦ 'ਚ ਸੀਗੀ ਬੱਚੀ ਅਤੇ ਉਹਨੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਬੱਚੀ ਨੂੰ ਅਤੇ ਉਹਦੇ ਗਲ ਘੋਟ ਕੇ ਉਹਦੀ ਹੱਤਿਆ ਕਰਤੀ ਗਈ ਅਤੇ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਜੀ ਕਿ ਕਿਹਨੇ ਜਾਣਕਾਰੀ ਦਿੱਤੀ ਜੀ ਇਸ ਵਾਰ ਸਵੇਰੇ ਸਾਡੇ ਕੋਲ ਇੱਕ ਹੋਸਪਿਟਲ ਤੋਂ ਰੁਕਾ ਆਇਆ ਸੀਗਾ ਜਿਸ ਤੋਂ ਸਾਨੂੰ ਪਤਾ ਲੱਗਿਆ ਕਿ ਇੱਦਾਂ ਕੁੜੀ ਦੀ ਰਹਿ ਰਹੀ ਕੀ ਕਾਰਵਾਈ ਕੀਤੀ ਉਸ ਸੰਬੰਧ 'ਚ ਅਸੀਂ FIR ਰਜਿਸਟਰ ਕਰ ਰਹੇ ਹਾਂ ਅਤੇ ਜਲਦ ਹੀ ਜਿਹੜਾ ਦੋਸ਼ੀ ਉਹਦਾ ਫਾਦਰ ਹੈ ਉਹਨੂੰ ਅਰੈਸਟ ਕਰਕੇ ਕਾਰਵਾਈ ਅਮਲ ਵਿੱਚ ਲੱਗ ਜਾਓ ਕਾਰਨ ਪਤਾ ਲੱਗਿਆ ਮੈਮ ਕੁੱਟਣ ਮਾਰਨ ਦਾ ਕੀ ਕੁੱਟਣ ਮਾਰਨ ਦਾ ਕਾਰਨ ਜਿਹੜਾ ਸਾਨੂੰ ਪਤਾ ਲੱਗਿਆ ਉਹ ਇਹ ਕਿ ਉਹਨੂੰ ਸਟਾਰਟਿੰਗ ਤੋਂ ਹੀ ਕੁੜੀਆਂ ਤੋਂ ਪ੍ਰੋਬਲਮ ਸੀਗੀ ਕਿਉਂਕਿ ਉਹਦੇ 3 ਕੁੜੀਆਂ ਪਹਿਲਾਂ ਹੀ ਸੀਗੀ ਠੀਕ ਹੈ ਜੀ ਅਤੇ ਹੁਣ ਅਗਲੀ ਚੌਂਕੀ ਸਾਹਿਬ ਤੁਸੀਂ ਕੱਲ੍ਹ ਪੋਸਟਮਾਰਟਮ ਕਦੋਂ ਕਰਾ ਰਹੇ ਹਾਂ ਅਤੇ ਅਗਲੀ ਤਫਤੀਸ਼ ਕੀ ਕਰ ਰਹੇ ਹੋ ਇਹਦੇ ਵਿੱਚ FIR ਦਰਜ ਕਰਨ ਤੋਂ ਬਾਅਦ ਜਿਹੜੇ ਸ਼ਨਾਖਤੀ ਗਵਾਹਾਂ ਦੇ ਬਿਆਨ ਲਿਖ ਕੇ ਅਤੇ ਸਵੇਰੇ ਇਹਨਾਂ ਦਾ ਲੜਕੀ ਦਾ ਜਿਹੜਾ ਪੋਸਟਮਾਰਟਮ ਕਰਾਇਆ ਗਿਆ ਅਤੇ ਰੇਡ ਪੁਲਿਸ ਵੱਲੋਂ ਸ਼ੁਰੂ ਕਰਤੀ ਗ੍ਰਿਫਤਾਰੀ ਲਈ ਜੀ ਦੋਸ਼ੀ ਦੀ ਭਾਲ ਕਰ ਰਹੇ ਹੈ ਅਤੇ ਜਲਦੀ ਇਹਨੂੰ ਗ੍ਰਿਫਤਾਰ ਕਰ ਲਵਾਂਗੇ।